ਹਰ ਵਾਰ ਦੀ ਤਰ੍ਹਾਂ ਸਰਬਤਾ ਭਲਾ ਚੈਰੀਟੇਬਲ ਟਰੱਸਟ ਲੋਕਾਂ ਲਈ ਮਸੀਹਾ ਬਣੀ ਹੈ। ਹੁਣ ਡਾਕਟਰ ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਉਹਨਾਂ ਗਰੀਬਾਂ ਦੇ ਘਰ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਘਰ ਬੀਤੇ ਸਮੇਂ ਲਗਾਤਾਰ ਪਏ ਮੀਂਹ ਅਤੇ ਹੜ੍ਹਾਂ ਦੀ ਮਾਰ ਕਾਰਨ ਢਹਿ ਗਏ ਸਨ ਜਾਂ ਫਿਰ ਟੁੱਟਣ ਦੇ ਕਿਨਾਰੇ ਸਨ। ਇਹ ਬਜ਼ੁਰਗ ਹੈ ਬਚਨੀ ਦੇਵੀ, ਜਿਸ ਦੀ ਉਮਰ ਤਕਰੀਬਨ 90 ਸਾਲ ਹੈ, ਜੋ ਰੋਪੜ ਦੇ ਪਿੰਡ ਬੈਰਮਪੁਰ ਦੀ ਰਹਿਣ ਵਾਲੀ ਹੈ। ਇਸ ਬਜ਼ੁਰਗ ਦਾ ਘਰ ਵੀ ਬੀਤੇ ਸਮੇਂ ਆਏ ਹੜ੍ਹ ਤੇ ਬਰਸਾਤਾਂ ਦੇ ਕਾਰਨ ਢਹਿ ਗਿਆ ਸੀ ਅਤੇ ਕਾਫੀ ਸਮੇਂ ਤੋਂ ਇਹ ਪਿੰਡ ਦੀ ਧਰਮਸ਼ਾਲਾ 'ਚ ਹੀ ਤੰਬੂ ਲਗਾ ਕੇ ਰਹਿ ਰਹੀ ਸੀ। ਬਚਨੀ ਦੇਵੀ ਦੀ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ। ਹੁਣ ਨਵਾਂ ਮਕਾਨ ਬਣਨ ਤੇ ਬੀਬੀ ਭਾਵੁਕ ਹੋਈ ਤੇ ਸੰਸਥਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਉਹਨਾਂ ਦਾ ਇਹ ਮਕਾਨ ਬਣਿਆ। ਹਾਲਾਂਕਿ ਬਜ਼ੁਰਗ ਨੂੰ ਉਮੀਦ ਨਹੀਂ ਸੀ ਕਿ ਉਸਦੇ ਘਰ ਦੀ ਮੁੜ ਉਸਾਰੀ ਵੀ ਹੋ ਸਕੇਗੀ, ਪਰ ਸਰਬਤ ਦਾ ਭਲਾ ਸੰਸਥਾ ਨੇ ਬਜ਼ੁਰਗ ਦੇ ਘਰ ਦੀ ਮੁੜ ਉਸਾਰੀ ਕਰਕੇ ਰਹਿਣ ਲਾਇਕ ਬਣਾ ਦਿੱਤਾ ਤੇ ਨਵੇਂ ਘਰ ਦੀਆਂ ਚਾਬੀਆਂ ਸੰਸਥਾ ਦੇ ਵੱਲੋਂ ਹੁਣ ਬਚਨੀ ਦੇਵੀ ਨੂੰ ਸੌਂਪ ਦਿੱਤੀਆਂ ਗਈਆਂ ਨੇ। ਦੱਸਣਾ ਬਣਦਾ ਹੈ ਕਿ ਡਾਕਟਰ ਐਸਪੀ ਸਿੰਘ ਓਬਰਾਏ ਨੇ ਬੀਤੇ ਸਮੇਂ ਆਏ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੇ ਘਰ ਢਹਿ ਗਏ ਸਨ ਉਸ ਦੀ ਪੂਰੇ ਪੰਜਾਬ ਤੋਂ ਰਿਪੋਰਟ ਮੰਗੀ ਸੀ, ਜਿਸ ਤੋਂ ਬਾਅਦ ਸਾਰੇ ਪੰਜਾਬ ਤੋਂ ਰਿਪੋਰਟਾਂ ਮਿਲੀਆਂ ਤੇ ਰੋਪੜ ਤੋਂ ਜਿਨ੍ਹਾਂ ਘਰਾਂ ਦੀ ਰਿਪੋਰਟ ਮਿਲੀ ਉਹਨਾਂ ਘਰਾਂ ਦਾ ਕੰਮ ਹੁਣ ਮੁਕੰਮਲ ਹੋ ਗਿਆ। ਰੋਪੜ ਜ਼ਿਲ੍ਹੇ 'ਚ 6 ਮਕਾਨ ਬਣ ਕੇ ਤਿਆਰ ਹੋ ਗਏ ਨੇ। ਸੰਸਥਾ ਵੱਲੋਂ 15 ਕਰੋੜ ਦਾ ਬਜਟ ਰੱਖਿਆ ਗਿਆ ਸੀ ਤੇ ਡਾਕਟਰ ਐਸਪੀ ਸਿੰਘ ਓਬਰਾਏ ਨੇ ਇਹ ਸਾਰਾ ਖਰਚਾ ਆਪਣੀ ਜੇਬ ਦੇ ਵਿੱਚੋਂ ਕੀਤਾ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹੋ ਜਿਹਾ ਉਪਰਾਲਾ ਗਰੀਬਾਂ ਦੀ ਮਦਦ ਕਰਨ ਦਾ ਸਰਕਾਰ ਵੀ ਜਲਦੀ ਨਹੀਂ ਕਰਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹੋ ਜਿਹਾ ਉਪਰਾਲਾ ਗਰੀਬਾਂ ਦੀ ਮਦਦ ਕਰਨ ਦਾ ਸਰਕਾਰ ਵੀ ਜਲਦੀ ਨਹੀਂ ਕਰਦੀ, ਜੋ ਸਰਬਤ ਦਾ ਭਲਾ ਸੰਸਥਾ ਦੇ ਮੁਖੀ ਡਾਕਟਰ ਐਸਪੀ ਸਿੰਘ ਓਬਰਾਏ ਕਰ ਰਹੇ ਨੇ। ਪਿੰਡ ਵਾਸੀਆਂ ਨੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ। ਮੈਂ ਬਹੁਤ ਗਰੀਬ ਨਹੀਂ ਰਹੀ ਹਾਂ ਜੀ, ਮੇਰੀ ਗਰੀਬੀ ਅਜੇ ਤੱਕ ਨਹੀਂ ਟੁੱਟੀ। ਇੱਕ ਡੋਲੇ ਖਾਂਦੀ ਫਿਰਦੀ ਹਾਂ, ਝਣਕਾਂ ਲੋਕਾਂ ਦੀਆਂ ਲੈਂਦੀ ਫਿਰਦੀ ਹਾਂ। ਮੈਂ ਕਾਮਯਾਬ ਨਹੀਂ ਅਜੇ ਤੱਕ ਹੀ ਹੋਈ। ਮਾਤਾ ਜੀ, ਤੁਹਾਡਾ ਅੱਜ ਮਕਾਨ ਬਣ ਕੇ ਬਣਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮਕਾਨ ਬਾਰੇ ਤਾਂ ਬਹੁਤ ਬਹੁਤ ਮੈਨੂੰ ਖੁਸ਼ੀਆਂ ਜੀ, ਤੁਹਾਡੇ ਮਗਰ ਲੱਗ ਕੇ ਬਹੁਤ ਮੈਂ ਚਾਅ ਕੀਤਾ ਆ। ਮੇਰਾ ਬਾਊ ਜੀ ਨੇ ਬਹੁਤ ਧੰਨਵਾਦ ਕੀਤਾ। ਓਬਰਾਏ ਸਾਹਿਬ ਦਾ ਧੰਨਵਾਦ ਕਰੋ। ਹਾਂਜੀ, ਓਬਰਾਏ ਸਾਹਿਬ ਦੀ ਵਜ੍ਹਾ ਨਾਲ ਇਹ ਮਕਾਨ ਬਣਿਆ। ਹਾਂਜੀ ਹਾਂਜੀ, ਬਹੁਤ ਤੁਹਾਡਾ ਜੀ ਧੰਨਵਾਦ ਹੋਇਆ ਆ। ਮੇਰਾ ਮਕਾਨ ਬਣਿਆ ਨਹੀਂ ਤਾਂ ਮੇਰਾ ਮਕਾਨ ਨਹੀਂ ਬਣ ਸਕਦਾ। ਮੈਂ ਭੇਜਦੀ ਰਹਿ ਗਈ, ਆਹ ਦਿਨ ਆ ਕੇ ਧੱਕੇ ਡੋਲੇ ਮੈਂ ਬਹੁਤ ਖਾਧੇ ਆ। ਹਾਲਾਤ ਤਾਂ ਇਹਨਾਂ ਦੇ ਮਕਾਨ ਦੇ, ਆਹ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਨੀਹਾਂ ਚੁਣੀਆਂ ਪਈਆਂ ਸੀਗੀਆਂ, ਇਹਨਾਂ ਕੋਈ ਰਹਿਣ ਜੋਗੇ ਜਗ੍ਹਾ ਨਹੀਂ ਸੀ। ਇਹ ਇੱਥੇ ਸਕੂਲ ਦੇ ਨਾਲ ਪੰਚਾਇਤ ਦੇ ਇੱਕ ਕਮਰੇ 'ਚ ਸਰਪੰਚ ਸਾਹਿਬ ਨੇ ਰੱਖਿਆ ਹੋਇਆ ਸੀ। ਲੰਬਰਦਾਰ ਜੀ ਮੇਰੇ ਕੋਲ ਅਪਰੋਚ ਕੀਤਾ ਇਹਨਾਂ ਨੇ, ਅਤੇ ਇੱਦਾਂ ਦਾ ਵੀ ਹਾਲਾਤ ਹੈ, ਬਚਨੀ ਦੇਵੀ ਕੋਲ ਕੋਈ ਸਾਧਨ ਨਹੀਂ ਸੀਗਾ, ਗਰੀਬ ਨਹੀਂ ਹੈ, ਔਰ 90 ਸਾਲ ਦੀ ਉਮਰ ਵੀ ਦੱਸਦੇ ਹੈ ਇਹਨੂੰ, ਅਤੇ ਮੁੰਡਾ ਇਹਦਾ ਡਬੋਚੂ ਹੈ, ਜਿਹੜੇ ਕਿ ਡੈੱਡ ਬੋਡੀ ਕਿਸੇ ਦੀ ਕੱਢਦਾ ਜਾਂ ਨਹਿਰ 'ਚ ਡੁੱਬ ਜਾਂਦੇ ਆ, ਕੋਈ ਇੱਦਾਂ ਦੇ ਵਸੀਲੇ ਸਰਵਿਸਿਸ ਦਿੰਦਾ, ਅਤੇ ਕੋਈ ਆਮਦਨ ਸਾਧਨ ਨਾ ਹੋਣ ਕਰਕੇ ਫਿਰ ਅਸੀਂ ਇਹ ਫਾਰਮ ਭਰ ਕੇ ਇਹਨਾਂ ਤੋਂ ਉੱਪਰ ਭੇਜਿਆ। ਭਰਾਏ ਸਾਹਿਬ ਨੂੰ ਸਰਾਜ ਜੱਸਾ ਸਿੰਘ ਜੀ, ਡਾਕਟਰ ਅਟਵਾਲ ਸਾਹਿਬ ਆਏ ਹੈ, ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੂੰ ਜੋ ਵੀ ਅਸੀਂ ਭੇਜੀ ਹੈ ਫੋਰਮੈਲਿਟੀ ਕਰਕੇ ਇੱਥੋਂ ਰਿਪੋਰਟ ਭੇਜੀ ਹੈ, ਇਹਨਾਂ ਨੇ 1 ਮਿੰਟ ਤੋਂ ਪਹਿਲੇ ਅਪਰੂਵ ਕੀਤਾ। ਇਹਨਾਂ ਨੇ ਸਾਨੂੰ ਉਸੇ ਵੇਲੇ ਜੋ ਅਸੀਂ 25 ਮਕਾਨਾਂ ਦੀ ਲਿਸਟ ਭੇਜ ਚੁੱਕੇ, ਜਿਹਦੇ 'ਚ 20 ਮਕਾਨਾਂ ਦੀ ਅਪਰੂਵਲ ਸਾਡੇ ਕੋਲ ਆ ਚੁੱਕੀ ਹੈ। ਹਾਲੇ ਹੋਰ ਜਿਹੜੀ ਰੈਗੂਲਰ ਕਿਸ਼ਤ ਜਾਰੀ ਹੈ ਉਹ ਜਾ ਰਹੀ ਹੈ, ਉਹ ਮੈਨੂੰ ਇਹਨਾਂ ਦਾ ਬਹੁਤ ਵੱਡਾ ਸਾਥ ਹੈ, ਅਟਵਾਲ ਸਾਹਿਬ ਦਾ ਖਾਸ ਤੌਰ 'ਤੇ, ਜੱਸਾ ਸਿੰਘ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਹੈ, ਇਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਕਿ ਇੱਥੇ ਆਏ ਹੈ। ਮੈਂ ਵੈਲਕਮ ਵੀ ਕਰਦਾ
ਕਿਉਂਕਿ ਇਹਨਾਂ ਦੀ ਸਪੋਰਟ ਸਦਕਾ ਹੀ ਅਬਰਾਜ ਸਾਹਿਬ ਦੀ ਟੀਮ ਜਿਹੜੀ ਬਣੀ ਹੈ, ਇਹਨਾਂ ਦੇ ਅਬਰਾਜ ਸਾਹਿਬ ਦੀ ਰਿਪੋਰਟ ਇਹਨਾਂ ਦੀ ਜਾਂਦੀ ਹੈ, ਉਸ ਤੋਂ ਬਾਅਦ ਅਬਰਾਜ ਸਾਹਿਬ ਸੈਂਕਸ਼ਨ ਕਰਦੇ ਆ, ਉਹਨਾਂ ਦੀ ਰਿਪੋਰਟ ਦੇਖ ਕੇ ਸਾਡੇ ਜੋ ਅਪਰੂਵਲ ਹੁੰਦੀ ਹੈ ਉਸਦੇ ਮੁਤਾਬਕ ਅਸੀਂ ਮਕਾਨ ਦੀ ਉਸਾਰੀ ਸ਼ੁਰੂ ਕਰਦੇ ਹਾਂ। ਅੱਜ ਮੈਨੂੰ ਇਹ ਦੱਸਦੇ ਹੋਰ ਵੀ ਖੁਸ਼ੀ ਹੁੰਦੀ ਕਿ 3 ਬੈਰਮਪੁਰ ਦੇ ਵਿੱਚ ਹੀ 3 ਮਕਾਨਾਂ ਦੇ ਅਸੀਂ ਨੀਂਹ ਪੱਥਰ ਹੋਰ ਰੱਖਣ ਜਾ ਰਹੇ ਹਾਂ, ਜਿਹੜੇ ਕਿ ਬਹੁਤ ਹਾਲਾਤ ਖਰਾਬ ਸੀਗੇ, ਮਕਾਨ ਸੀਗੇ ਲੇਕਿਨ ਗਿਰੇ ਹੋਏ ਸੀਗੇ ਜਾਂ ਗਿਰਨ ਯੋਗ ਸੀਗੇ, ਉਹਨਾਂ ਦੇ ਬਾਲੇ ਛਤੀਰੀਆਂ ਬਹੁਤ ਗਲੀਆਂ ਹੋਈਆਂ ਸੀਗੀਆਂ, ਪਿੱਛੋਂ ਮਿੱਟੀ ਦੇ ਕੰਧਾਂ ਸੀਗੀਆਂ, ਅਤੇ ਉਹ ਹਾਲਾਤ ਨੂੰ ਦੇਖਦੇ ਹੋਏ ਮੈਂ ਇਹਨਾਂ ਨੂੰ ਰਿਪੋਰਟ ਭੇਜੀ, ਇਹਨਾਂ ਨੇ ਉਹ ਵੀ ਇਮੀਡੀਏਟਲੀ ਅਪਰੂਵਲ ਕਰਕੇ ਭੇਜੀ ਹੈ। ਅੱਜ ਇਹਨਾਂ ਨੂੰ ਮੈਂ ਇਹਨਾਂ ਨੇ ਚਰ ਕਮਲਾਂ ਨਾਲ ਮੈਂ ਇਹਨਾਂ ਨੂੰ ਨੀਂਹ ਪੱਥਰ ਰਖਾਵਾਂਗਾ, ਅਤੇ ਮੈਨੂੰ ਬਹੁਤ ਖੁਸ਼ੀ ਹੈ। ਮੈਂ ਇੱਕ ਵਾਰੀ ਫਿਰ ਬਚਨੀ ਦੇਵੀ ਨੂੰ, ਪੰਚਾਇਤ ਨੂੰ, ਲੰਬਰਦਾਸ ਜੀ ਨੂੰ ਖਾਸ ਤੌਰ 'ਤੇ, ਕਿਉਂਕਿ ਸਾਡੇ ਗੁਆਂਢੀ ਵੀ ਇਹਨਾਂ ਨੇ ਬੜੀ ਅਪਰੋਚ ਕਰਕੇ ਮੈਨੂੰ ਬੁਲਾਇਆ ਅਤੇ ਦੱਸਿਆ ਵੀ ਇਹ ਹਾਲਾਤ ਹੈ ਬਚਨੀ ਦੇਵੀ ਦੇ, ਅਤੇ ਅਸੀਂ ਉਹ ਮਕਾਨ ਬਣਾ ਕੇ ਦਿੱਤਾ। ਮੈਂ ਇਹਨਾਂ ਨੂੰ ਸਾਰਿਆਂ ਨੂੰ, ਟੀਮ ਨੂੰ, ਪੰਚਾਇਤ ਨੂੰ, ਖਾਸ ਤੌਰ 'ਤੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਉਹ ਬਾਨੀ ਵੀ ਨੇ, ਮਰੀਜ਼ ਇੰਡਸਟਰੀ ਵੀ ਨੇ, ਜਿਹੜੇ ਸਮਾਜ ਸੇਵਾ ਦੇ ਹੋਰ ਬੜੇ ਵੱਡੇ ਵੱਡੇ ਕੰਮ ਕੀਤੇ ਜਾ ਰਹੇ ਹੈ। ਉਸੇ ਲੜੀ 'ਚ ਇਸ ਸਾਲ ਜਿਹੜੇ ਬਾਰਿਸ਼ਾਂ ਵੱਧ ਹੋਣ ਕਰਕੇ ਹੜ੍ਹਾਂ ਕਾਰਨ ਲੋਕਾਂ ਦੇ ਮਕਾਨ ਡਿੱਗ ਪਏ ਸੀ ਜਾਂ ਢਹਿ ਗਏ ਸੀ ਜਾਂ ਰਿਪੇਅਰ ਦੇ ਕਾਬਲ ਸੀ ਜਾਂ ਕਿਸੇ ਕੋਲ ਹੈ ਨਹੀਂ ਸੀ, ਉਸ ਲੜੀ 'ਚ ਅਬਰਾਜ ਸਾਹਿਬ ਨੇ ਜਿੱਥੇ ਜਿੱਥੋਂ ਵੀ ਸਾਡੇ ਸਾਰੇ ਪੰਜਾਬ 'ਚ ਯੂਨਿਟ ਬਣੇ ਹੋਏ ਹੈ, ਰਿਪੋਰਟ ਮੰਗੀ ਸੀ ਵੀ ਜਿਹਨਾਂ ਦੇ ਘਰ ਡਿੱਗੇ ਬਾਰਿਸ਼ਾਂ 'ਚ ਉਸ ਨੂੰ ਰਿਪੋਰਟਾਂ ਭੇਜੋ, ਅਤੇ ਉਹ ਸਾਰੇ ਪੰਜਾਬ 'ਚੋਂ ਸਾਨੂੰ ਰਿਪੋਰਟਾਂ ਆਈਆਂ ਸੀ ਜਿੱਥੇ ਜਿੱਥੇ ਘਰ ਡਿੱਗੇ ਹੈ। ਤਾਂ ਉਹ ਡਾਕਟਰ ਐਸ ਪੀ ਸਿੰਘ ਰਾਏ ਨੇ ਇਹ ਇਹਨਾਂ ਘਰਾਂ ਦੀ ਰਿਪੇਅਰ ਵਾਸਤੇ, ਨਵੇਂ ਘਰਾਂ ਬਣਾਉਣ ਵਾਸਤੇ 15 ਕਰੋੜ ਰੁਪਏ ਦਾ ਬਜਟ ਰੱਖਿਆ ਸੀ। ਅਤੇ ਰੋਪੜ ਜ਼ਿਲ੍ਹੇ 'ਚੋਂ ਸਾਡੇ ਜੱਗੀ ਜੀ ਪ੍ਰਧਾਨ ਖੜ੍ਹੇ ਨੇ, ਇਹਨਾਂ ਨੇ ਜਿੰਨਾ ਸਾਨੂੰ ਲਿਸਟ ਭੇਜੀ ਸੀ ਮਕਾਨਾਂ ਦੀ, ਉਹਦੇ ਵਿੱਚੋਂ 6 ਘਰ ਅੱਜ ਬਣ ਕੇ ਤਿਆਰ ਹੋ ਗਿਆ, 3 ਅੱਜ ਨਵਿਆਂ ਦਾ ਉਦਘਾਟਨ ਕਰਨਾ ਹੈ। ਅਤੇ ਇਹ ਸਭ ਤੋਂ ਪਹਿਲੇ ਘਰ ਅਸੀਂ ਬੈਰਮ ਪਿੰਡ ਬੀਬੀ ਬਚਨੀ ਦੇਵੀ ਦੇ ਘਰ ਪਹੁੰਚੇ ਹਾਂ, ਇਹਨਾਂ ਦਾ ਮਕਾਨ ਬਣ ਕੇ ਤਿਆਰ ਹੋ ਗਿਆ। ਇਹ ਅਤਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ, ਇਹਨਾਂ ਕੋਲ ਰਹਿਣ ਵਾਸਤੇ ਕੋਈ ਮਕਾਨ ਨਹੀਂ, ਧਰਮਸ਼ਾਲਾ 'ਚ ਰਹਿ ਰਿਹਾ, ਇਹਨਾਂ ਦੇ ਬੱਚੇ ਕੋਲ ਕੋਈ ਰੁਜ਼ਗਾਰ ਨਹੀਂ ਗਾ। ਤੋ ਇਹ ਜਿਹੜਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾਕਟਰ ਐਸ ਪੀ ਸਿੰਘ ਬਰਾਏ ਵੱਲੋਂ ਆਪਦੀ ਜੇਬ 'ਚੋਂ ਪੈਸੇ ਖਰਚ ਕੇ ਲੋਕਾਂ ਦੇ ਮਕਾਨ ਬਣਾ ਕੇ ਜਿਹੜੀ ਸੁਵਿਧਾ ਦਿੱਤੀ ਜਾ ਰਹੀ ਹੈ, ਇਹ ਕੋਈ ਸਰਕਾਰ ਵੀ ਐਡਾ ਜਿਹੜਾ ਥਾਂ ਥਾਂ ਪਹੁੰਚ ਕੇ ਜਿਹੜੀ ਹੈ ਇੰਨੀ ਸੁਵਿਧਾ ਨਹੀਂ ਦੇ ਸਕਦੀ। ਸੋ ਅਸੀਂ ਬੀਬੀ ਬਚਨ ਦੇਵੀ ਨੂੰ ਅਤੇ ਇੱਥੋਂ ਦੀ ਪੰਚਾਇਤ ਨੂੰ, ਖਾਸ ਕਰਕੇ ਜੱਗੀ ਜੀ ਨੂੰ ਵਧਾਈ ਦਿੰਦੇ ਹਾਂ ਵੀ ਜਿਨ੍ਹਾਂ ਨੇ ਇਹ ਬਹੁਤ ਲੋੜਵੰਦ ਜਿਹੜੀ ਹੈ ਲੇਡੀ ਹੈ ਇਹਦਾ ਮਕਾਨ ਲੱਭ ਕੇ ਅਤੇ ਤਿਆਰ ਕਰਵਾ ਕੇ ਦਿੱਤਾ ਹੈ। ਸਾਰੀ ਪੰਚਾਇਤ ਨੂੰ, ਇੱਥੋਂ ਦੇ ਪ੍ਰਬੰਧਕਾਂ ਨੂੰ ਬਹੁਤ ਮੁਬਾਰਕਾਂ। ਅੱਜ 6 ਘਰਾਂ ਦੇ ਅਸੀਂ ਹੋਰ ਉਦਘਾਟਨ ਕਰਨੇ ਰੋਪੜ ਜ਼ਿਲ੍ਹੇ 'ਚ ਹੀ, ਅਤੇ 3 ਜਿਹੜੇ ਨਵੇਂ ਬਣਨੇ ਹਨ ਉਹਨਾਂ ਦੇ ਨੀਂਹ ਪੱਥਰ ਵੀ ਰੱਖਣੇ ਨੇ। ਸਾਡੇ ਨਾਲ ਡਾਕਟਰ ਆਰ ਐੱਸ ਅਟਵਾਲ ਵੀ ਆਏ ਹੋਏ ਨੇ, ਇਹ ਸਾਡੇ ਸਰਬੱਤ ਦੇ ਭਲੇ ਦੇ ਡਾਇਰੈਕਟਰ ਹੈਲਥ ਨੇ, ਅਤੇ ਮਕਾਨਾਂ ਦਾ ਸਾਰਾ ਕੰਮ ਡਾਕਟਰ ਅਟਵਾਲ ਸਾਹਿਬ ਹੀ ਦੇਖਦੇ ਹੈ। ਇਹੀ ਦੇਖਦੇ ਨੇ ਵੀ ਕਿੰਨਾ ਕੁ ਐਸਟੀਮੇਟ ਹੈ, ਕਿੰਨਾ ਕੁ ਬਣਨਾ ਹੈ, ਉਹਨੇ ਪੈਸੇ ਬਰਾਜ ਸਾਹਿਬ ਮਨਜ਼ੂਰ ਕਰ ਦਿੰਦੇ ਹੈ, ਅਤੇ ਅੱਗੇ ਫਿਰ ਜ਼ਿਲ੍ਹਾ ਟੀਮ ਦੀ ਡਿਊਟੀ ਲੱਗ ਜਾਂਦੀ ਹੈ। ਇਹ ਆਪਦੀ ਨਿਗਰਾਨੀ 'ਚ ਅਸੀਂ, ਸਭ ਤੋਂ ਵੱਡੀ ਗੱਲ ਹੈ ਟਰੱਸਟ ਵੱਲੋਂ ਅਸੀਂ ਕੈਸ਼ ਨਹੀਂ ਦਿੰਦੇ, ਜਿਹਦਾ ਘਰ ਬਣਨਾ ਉਹਨੂੰ ਕੈਸ਼ ਨਹੀਂ ਦਿੰਦੇ, ਉਹਨੂੰ ਅਸੀਂ ਮਟੀਰੀਅਲ ਲੈ ਕੇ ਦਿੰਦੇ ਹਾਂ। ਸਾਡੀ ਟੀਮ ਦੀ ਨਿਗਰਾਨੀ 'ਚ ਘਰ ਬਣਦਾ ਹੈ। ਜੇ ਅਸੀਂ ਕਿਸੇ ਨੂੰ ਕੈਸ਼ ਦੇ ਦਿੰਦੇ ਹਾਂ, ਅਸੀਂ ਕਈਆਂ ਥਾਵਾਂ 'ਤੇ ਵੇਖਿਆ ਉਹ ਕਈ ਸ਼ਰਾਬੀ ਹੁੰਦੇ, ਕਬਾਬੀ ਹੁੰਦੇ ਆ, ਜਾਂ ਹੋਰ ਪਾਸੇ ਹੋਰ ਘਰਾਂ ਦੇ ਖਰਚੇ, ਬਿਜਲੀ ਦਾ ਬਿੱਲ ਭਰ ਲਿਆ, ਹੋਰ ਲੋੜਾਂ ਪੂਰੀਆਂ ਕਰਨ ਲਈ ਮਕਾਨ ਫਿਰ ਰਹਿ ਜਾਂਦਾ। ਇਸ ਕਰਕੇ ਤਹੀਆ ਕੀਤਾ ਸੀ ਟਰੱਸਟ ਨੂੰ, ਆਪਾਂ ਪੈਸਾ ਦੇਣਾ ਹੀ ਨਹੀਂ ਇਹਨਾਂ ਨੂੰ, ਰੇਤਾ, ਇੱਟਾਂ, ਸਮਿੰਟ, ਲੋਹਾ, ਬਜਰੀ, ਜਿਹੜੀ ਚੀਜ਼ ਦੀ ਲੋੜ ਆ ਉਹ ਲੈ ਕੇ ਦਿਓ, ਅਤੇ ਨਾਲੋਂ ਨਾਲ ਜੋ ਨੀਹਾਂ ਭਰ ਜਾਂਦੀਆਂ ਅਸੀਂ ਇਹਨਾਂ ਤੋਂ ਸਾਡੀ ਟੀਮ ਚੈੱਕ ਕਰਦੀ ਹੈ, ਫਿਰ ਅਗਲੀ ਕਿਸ ਦਿੰਦੇ ਹਾਂ, ਫਿਰ ਜੋ ਲੈਂਟਰ ਪੈ ਜਾਂਦਾ ਫਿਰ ਅਗਲੀ ਕਿਸ ਦਿੰਦੇ ਹਾਂ, ਫਿਰ ਕੰਪਲੀਸ਼ਨ 'ਤੇ ਸਾਰੇ ਪੈਸੇ ਦੇ ਦਿੰਦੇ ਤਾਂ ਕਿ ਅਗਲੇ ਦਾ ਘਰ ਬਣ ਜਾਏ, ਨਿਗਰਾਨੀ ਵੀ ਰੱਖਦੇ ਹਾਂ। ਸੋ ਇਸ ਉਪਰਾਲੇ ਨਾਲ ਇੱਕ ਗਰੀਬ ਦਾ ਘਰ ਜਿਹੜਾ ਉਹਨਾਂ ਪੈਸਿਆਂ ਨਾਲ ਤਕਰੀਬਨ ਬਣ ਜਾਂਦਾ ਅਤੇ ਉਹ ਰਹਿਣ ਦੇ ਕਾਬਲ ਹੋ ਜਾਂਦੇ ਆ। ਤੋ ਅੱਜ ਅਸੀਂ
ਜਿਹੜਾ ਇਹ ਬਹੁਤ ਲੋੜਵੰਦ ਲੇਡੀ ਹੈ, ਇਹਦਾ ਘਰ ਦਾ ਉਦਘਾਟਨ ਕਰਨ ਵਾਸਤੇ ਆਇਆ। ਬਹੁਤ ਬਹੁਤ ਮੁਬਾਰਕ ਹੈ ਇਸ ਨੂੰ ਵਿਚਾਰੀ ਨੂੰ ਅੱਜ ਆਪਦੇ ਇਸ। ਧੰਨਵਾਦ ਕਰਦੇ ਐਸ ਪੀ ਅਬਰਾਜ ਸਾਹਿਬ ਦਾ ਜੀ ਅਤੇ ਨਾਲ ਜੱਗੀ ਸਾਹਿਬ ਦਾ ਜੀ, ਇਹਨਾਂ ਨੇ ਸਾਡੇ ਪਿੰਡ 'ਚ ਬਹੁਤ ਵਧੀਆ ਸਾਨੂੰ ਮਕਾਨ ਪਾ ਕੇ ਦਿੱਤਾ ਇਹਨਾਂ ਨੇ ਜੀ। ਬਚਨੀ ਦੇਵੀ ਦਾ ਮਕਾਨ ਆ ਜੀ, ਬਹੁਤ ਜ਼ਿਆਦਾ ਸਾਨੂੰ ਖੁਸ਼ੀ ਆ ਸਾਨੂੰ ਦੇਣਾ ਜੀ, ਸਾਡਾ ਵਧੀਆ ਸਾਨੂੰ ਮਕਾਨ ਬਣ ਗਏ। ਇਹਨਾਂ ਜਿਹਨੇ ਝੁੰਗੀ ਪਾਈ ਤੂਰੇ ਮਕਾਨ ਦੇ ਪਹਿਲਾਂ ਜੀ, ਮਤਲਬ ਜਦ ਝੁੰਗੀ ਮੀਂਹ ਕਾਰਨ ਟੈਗ ਟੂ ਗਈ, ਹੁਣ ਇਹਨਾਂ ਦਾ ਬਹੁਤ ਵਧੀਆ ਮਕਾਨ ਪੈ ਗਿਆ, ਲੈਂਟਰ ਪੈ ਗਿਆ ਜੀ। ਸਾਨੂੰ ਬਹੁਤ ਖੁਸ਼ੀ ਸਾਨੂੰ ਜੀ, ਸਰ ਅਸੀਂ ਧੰਨਵਾਦ ਕਰਦੇ ਜੀ ਐਸ ਪੀ ਸਾਹਿਬ ਦਾ ਜੀ ਅਤੇ ਜੱਗੀ ਸਾਹਿਬ ਦਾ ਨਾਲ।